ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ। ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਦੀ ਲੱਗੀ। ਤੇ ਜੇ ਤੁਸੀਂ ਦੇਖਦੇ ਹੋ ਜੀ ਇੰਸਟਾ ਤੋਂ ਤਾਂ ਤੁਸੀਂ ਰਾਜਵਿੰਦਰ ਸਿੱਧੂ 955 ਆਈਡੀ ਨੂੰ ਫੋਲੋ ਕਰੋ। ਜੇ ਦੇਖਦੇ ਹੋ ਫੇਸਬੁੱਕ ਤੋਂ ਤਾਂ ਰਾਜਵਿੰਦਰ ਕਲੈਕਸ਼ਨ ਆਪਣਾ ਪੇਜ ਬਣਿਆ ਹੋਇਆ ਜੀ, ਉਹਨੂੰ ਫੋਲੋ ਕਰੋ। ਤੇ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਂਦੇ ਹਾਂ ਕਟਰਾਈ ਦੇ ਵਿੱਚ, ਤੇ ਕੁਛ ਕੁ ਪ੍ਰਿੰਟ ਸੂਟ ਨੇ ਸਿਮਰ ਦੇ ਵਿੱਚ। ਜੋ ਵੀ ਤੁਹਾਨੂੰ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ। ਚਲੋ ਜੀ ਆਪਾਂ ਤੁਹਾਨੂੰ ਕਟਰਾਈ ਦੇ ਵਿੱਚ ਸੂਟ ਨੇ ਜਿਹੜੇ ਉਹ ਦਿਖਾਉਣੇ ਸ਼ੁਰੂ ਕਰਦੇ ਹਾਂ। ਦੇਖੋ ਜੀ ਇੱਕ ਕਲਰ ਇਹ ਆ, ਇਹ ਪ੍ਰਿੰਟ ਦੇ ਵਿੱਚ ਆ, ਇਹਦੇ ਨਾਲ ਮੈਚਿੰਗ ਸਲਵਾਰ ਹੈ ਪਲੇਨ ਬਲੈਕ ਕਲਰ ਦੇ ਵਿੱਚ, ਤੇ ਇਹਦੇ ਨਾਲ ਇਹ ਦੁਪੱਟੇ ਨਾਲ ਹੈ ਜੀ, ਪ੍ਰਿੰਟਡ ਦੁਪੱਟਾ। ਦੇਖੋ ਇਸ ਤਰ੍ਹਾਂ ਦਾ ਇਹਦਾ ਪ੍ਰਿੰਟ ਹੈ, ਬਲੈਕ ਕਲਰ ਦਾ ਕਮੀਜ਼ ਹੈ ਪ੍ਰਿੰਟ ਵਾਲਾ, ਤੇ ਇਹਦੇ ਨਾਲ ਇਸ ਤਰ੍ਹਾਂ ਰਾਮਟੈਕਸ ਦੇ ਪਸ਼ਮੀਨੇ ਦੀ ਬਲੈਕ ਕਲਰ ਦੀ ਰੱਖੀ ਹੈ ਜੀ ਸਲਵਾਰ। ਇਹਦਾ ਮੈਂ ਦੁਪੱਟਾ ਖੋਲ ਕੇ ਦਿਖਾਉਂਦੀ ਹਾਂ ਤੁਹਾਨੂੰ, ਸਾਰਾ ਦੁਪੱਟਾ ਪ੍ਰਿੰਟਡ ਹੈ। ਦੇਖੋ 2.5 ਮੀਟਰ ਦਾ ਵਧੀਆ ਖੁੱਲ੍ਹਾ ਡੁੱਲਾ ਦੁਪੱਟਾ ਮਿਲੂਗਾ, ਸਾਰੇ ਦੁਪੱਟੇ ਦੇ ਵਿੱਚ ਫਲਾਵਰ ਨੇ। ਦੇਖੋ ਜੀ ਇਹਦੇ ਵਿੱਚ ਕਟਰਾਈ ਦੇ ਵਿੱਚ ਤੁਹਾਨੂੰ ਰੰਗ ਮਿਲ ਜਾਣਗੇ ਜੀ 3-4, ਪਰ ਦੁਪੱਟੇ ਨਾਲ ਸੂਟ ਇੱਕੋ ਹੀ ਕਲਰ ਹੈ ਆਪਣੇ ਕੋਲ। ਜੇ ਤੁਸੀਂ ਨੇ ਕੋਈ ਹੋਰ ਕਲਰ ਲੈਣਾ ਤਾਂ ਤੁਸੀਂ ਆਪਾਂ ਤੋਂ ਵਟਸਐਪ 'ਤੇ ਮੈਸੇਜ ਕਰਕੇ ਪਿਕਸ ਮੰਗਵਾ ਸਕਦੇ ਹੋ। ਚਲੋ ਜੀ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ ਦੁਪੱਟੇ ਦੇ ਨਾਲ 1900 ਰੁਪਏ ਵਿੱਚ, ਅਤੇ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ। ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਦੀ ਹਾਂ। ਦੇਖੋ ਜੀ ਇੱਕ ਕਲਰ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਦਾ ਜਾਮਨੀ ਕਲਰ। ਦੇਖੋ ਇਹਦੇ ਵਿੱਚ ਫੋਨ 'ਚ ਪ੍ਰੋਪਰ ਕਲਰ ਹੈ ਜਿਹੜਾ ਦਿਖ ਰਿਹਾ, ਇਹ ਵੀ ਕਟਰਾਈ ਦਾ ਸੂਟ। ਦੇਖੋ ਇਹਦੇ ਨਾਲ ਇਸ ਤਰ੍ਹਾਂ ਦੀ ਰਾਮਟੈਕਸ ਦੇ ਪਸ਼ਮੀਨੇ ਦੀ ਹੈਗੀ ਹੈ ਜੀ ਸਲਵਾਰ, 2.5 ਮੀਟਰ ਦੀ ਕੱਟ ਮਿਲੂਗੀ। ਜਿਹੜਾ ਬਿਨਾਂ ਦੁਪੱਟੇ ਤੋਂ ਸੂਟ ਹੈ ਜੀ ਉਹਦਾ ਪ੍ਰਾਈਜ਼ ਰਹੂਗਾ ਕਟਰਾਈ ਦਾ 1500 ਰੁਪਏ। ਜੇ ਤੁਸੀਂ ਦੁਪੱਟੇ ਵਾਲਾ ਲਓਗੇ, ਦੁਪੱਟੇ ਵਾਲੇ ਦਾ ਪ੍ਰਾਈਜ਼ ਮੈਂ ਤੁਹਾਨੂੰ ਪਹਿਲਾਂ ਦੱਸਤਾ। ਇਹਦੇ ਵਿੱਚ ਕਟਰਾਈ ਦੇ ਵਿੱਚ ਇੱਕ ਕਲਰ ਇਹ, ਦੋ ਕਲਰ ਇਹ ਹੋਊਗੇ ਜੀ, ਤੀਜਾ ਕਲਰ ਇਹ ਵਾਲਾ, ਇਹ 52 ਕਲਰ ਹੈ, ਇਹ ਵੀ ਮੈਚਿੰਗ ਸੂਟ ਹੈ। ਦੇਖੋ ਇਹਦੇ ਨਾਲ ਵੀ ਇਸ ਤਰ੍ਹਾਂ ਦੀ ਰਾਮਟੈਕਸ ਦੀ ਰੱਖੀ ਹੈ ਜੀ ਸਲਵਾਰ, ਪਸ਼ਮੀਨਾ ਸਾਰਾ ਵਧੀਆ ਮਿਲੂਗਾ, ਕਟਰਾਈ ਵੀ ਬਹੁਤ ਵਧੀਆ। ਦੇਖੋ ਜੀ ਇਸ ਤਰ੍ਹਾਂ ਦਾ ਇਹਦਾ ਕਲਰ ਕੋਂਬੀਨੇਸ਼ਨ ਹੈ ਜਿਹੜਾ ਬਹੁਤ ਵਧੀਆ। ਇਹ ਵਾਲੇ ਸੂਟ ਹੋ ਗਏ ਜੀ ਕਟਰਾਈ ਦੇ। ਕਟਰਾਈ ਦੇ ਵਿੱਚ ਹੋਰ ਵੀ ਕਲਰ ਹੈਗੇ ਨੇ, ਤਾਂ ਤੁਸੀਂ ਜੋ ਵੀ ਪਿਕਸ ਲੈਣੀ ਹੈ ਤਾਂ ਲੈ ਸਕਦੇ ਹੋ। ਮੈਂ ਤੁਹਾਨੂੰ ਇੱਕ ਵਾਰ ਇਹਦਾ ਜਿਹੜੇ ਕਲਰ ਅਵੇਲੇਬਲ ਨੇ ਆਪਣੇ ਕੋਲ ਦਿਖਾ ਦਿੱਤੇ ਨੇ। ਚਲੋ ਜੀ ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਪਸ਼ਮੀਨੇ ਦੇ ਵਿੱਚ ਪਿਓਰ ਵਿਸਕੋਸ ਦਾ ਪਸ਼ਮੀਨਾ। ਇਹ ਦੇਖੋ ਇਸ ਤਰ੍ਹਾਂ ਦਾ ਇਹਦਾ ਕਲਰ ਹੈ, ਪੀਚ ਗਾਜਰੀ ਜਾਂ ਸੇਡ ਹੈ ਇਹਦਾ। ਇਹ ਹੈਗੀ ਹੈ ਜੀ ਸ਼ਰਟ, ਇਹਦੇ ਨਾਲ ਰੱਖਿਆ ਇਸ ਤਰ੍ਹਾਂ ਦੀ ਸਲਵਾਰ, ਇਹ ਵੀ ਪਸ਼ਮੀਨੇ ਦੀ ਸਲਵਾਰ ਹੈ। ਦੇਖੋ ਇਹ ਥੋੜ੍ਹਾ ਜਿਹਾ ਮਹਿੰਗਾ ਪੈ ਜੂ ਇਸ ਤੋਂ। ਇਸ ਤਰ੍ਹਾਂ ਦਾ ਇਹਦਾ ਕਲਰ ਅਤੇ ਫਲਾਵਰ ਪ੍ਰਿੰਟ ਬਣਿਆ ਹੋਇਆ, ਇਹਦੇ ਨਾਲ ਇਸ ਤਰ੍ਹਾਂ ਦੇ ਕਲਰ ਦੀ ਰੱਖੀ ਹੈ ਜੀ ਸਲਵਾਰ। ਇਹਦੇ ਵਿੱਚ ਆਪਣੇ ਕੋਲ ਦੋ ਕਲਰ ਨੇ, ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ। ਇਹ ਸੂਟ ਪਊਗਾ ਜੀ ਤੁਹਾਨੂੰ 1800 ਰੁਪਏ ਦੇ ਵਿੱਚ। ਦੇਖੋ ਜੀ ਉਹ ਪਿਓਰ ਪਸ਼ਮੀਨੇ ਦਾ ਸੂਟ ਹੈ, ਇਹਦੇ ਵਿੱਚ ਇੱਕ ਰੰਗ ਹੈਗਾ ਆਪਣੇ ਕੋਲ ਔਰੇਂਜ ਕਲਰ ਦਾ। ਦੇਖੋ ਇਸ ਤਰ੍ਹਾਂ ਦਾ ਸੈਲਫ ਪ੍ਰਿੰਟ ਦੇ ਨਾਲ ਕਮੀਜ਼ ਦੇ ਵਿੱਚ ਸਲਵਾਰ ਦੇ ਵਿੱਚ ਜਿਹੜਾ ਡਿਜ਼ਾਇਨ ਬਣਿਆ ਹੋਇਆ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗੀ। ਦੇਖੋ ਇਸ ਤਰ੍ਹਾਂ ਸਲਵਾਰ ਦੇ ਵਿੱਚ ਸੈਲਫ ਪ੍ਰਿੰਟ ਬਣਿਆ ਹੋਇਆ, ਇਹ ਹੈਗਾ ਜੀ ਕਮੀਜ਼। ਦੇਖੋ ਇਹ ਹੈਗਾ ਔਰੇਂਜ, ਲਾਈਟ ਔਰੇਂਜ ਜਿਹਾ ਕਲਰ ਹੈ, ਬਾਹਲਾ ਡਾਰਕ ਨਹੀਂ ਹੈਗਾ, ਫੋਨ ਦੇ ਵਿੱਚ ਸਹੀ ਰੰਗ ਦਿਖ ਰਿਹਾ ਤੁਹਾਨੂੰ। ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ 1500 ਰੁਪਏ। ਇਹਦੇ ਵਿੱਚ ਇੱਕ ਕਲਰ ਹੀ ਥੋੜ੍ਹਾ ਜਿਹਾ ਜ਼ਿਆਦਾ ਉਹ ਸੀਗਾ। ਦੇਖੋ ਜੀ ਇਹ ਹੋ ਗਏ ਆਪਣੇ ਕੋਲ ਸਰਦੀ ਵਾਲੇ ਪਸ਼ਮੀਨੇ ਦੇ ਵਿੱਚ ਸੂਟ। ਇਸ ਤੋਂ ਬਾਅਦ ਆਪਾਂ ਦਿਖਾਉਂਦੇ ਹਾਂ ਜੀ ਤੁਹਾਨੂੰ, ਇਹ ਹੈਗਾ ਚਨੂਨ ਦਾ ਕਮੀਜ਼ ਹੈ। ਦੇਖੋ ਇਸ ਤਰ੍ਹਾਂ ਇਹ ਚਨੂਨ ਦਾ ਕਮੀਜ਼ ਹੈ। ਜੇ ਤੁਸੀਂ ਇਹ ਆਲ ਓਵਰ ਸੂਟ ਲੈਣਾ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ, ਜੇ ਮੈਚਿੰਗ ਸੂਟ ਲੈਣਾ ਤਾਂ ਤੁਸੀਂ ਮੈਚਿੰਗ ਸੂਟ ਵੀ ਲੈ ਸਕਦੇ ਹੋ। ਦੇਖੋ ਜੀ ਇਸ ਤਰ੍ਹਾਂ ਦੀ ਇਹਦੇ ਨਾਲ ਹੈਗੀ ਹੈ ਪਲੇਨ ਸਲਵਾਰ, ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗੀ। ਦੇਖੋ ਇਸ ਤਰ੍ਹਾਂ ਦੀ ਇਹਦੇ ਨਾਲ ਹੈਗੀ ਹੈ ਪਲੇਨ ਸਲਵਾਰ, ਕਮੀਜ਼ ਦੇ ਵਿੱਚ ਇਸ ਤਰ੍ਹਾਂ ਵਰਕ ਹੋਇਆ ਹੋਇਆ ਸਾਰੀ ਕਮੀਜ਼ ਦੇ ਵਿੱਚ। ਜੇ ਤੁਸੀਂ ਆਲ ਓਵਰ ਲੈਣਾ ਤਾਂ ਆਲ ਓਵਰ ਵੀ ਲੈ ਸਕਦੇ ਹੋ। ਇਹਦਾ ਮੈਚਿੰਗ ਸੂਟ ਦਾ ਪ੍ਰਾਈਜ਼ ਰਹੂਗਾ ਜੀ 1900 ਰੁਪਏ, ਆਲ ਓਵਰ ਸੂਟ ਦਾ ਪ੍ਰਾਈਜ਼ ਰਹੂਗਾ 2200 ਰੁਪਏ। ਹਾਲੇ ਤੁਹਾਡੀ ਮਰਜ਼ੀ ਹੈ, ਜੋ ਵੀ ਤੁਸੀਂ ਲੈਣਾ ਤਾਂ ਤੁਸੀਂ ਲੈ ਸਕਦੇ ਹੋ।
एक अपने को है जी सिमर दे विच प्रिंट सूट देखो ये अपने मैचिंग सलवार करिए सिमर दी प्लेन सलवार है सिमर दी ये सिमर का ही कमीज है कमीज के प्रिंट है सलवार है जी प्लेन है जो तुम ये आल ओवर सूट लेना तो आल ओवर सूट भी ले सकते हो जो तुम ने मैचिंग सूट लेना है तो तुम मैचिंग सूट भी ले सकते हो ये थोनों आल ओवर सूट पेगा जी 2200 रुपए के मैचिंग सूट पेगा 1900 रुपए हूँ थोड़ी चॉइस है जो भी तुमने लेना आल ओवर ले सकते हो तो तुमने मैचिंग सूट लेना तो मैचिंग भी ले सकते हो देखो जी ये रंग हो गए अगला सूट हैगा जी अपने को वेलवेट के सॉल नाल है ये नाल का सेम सूट है जो अपने को एक एक्स्ट्रा पीस पे है जो तुमने लेना है जल्दी है ना तो यह हैंड तैयारी के नाल मिक्स काम किया हुआ इस तरह का बी शेप है गला बनया हुआ तो उपर तक सेंटर पर निकल जाते हैं ये हैगा जी बांह का काम बांह से फुल हैवी काम मिलेगा सूनू इधर ये हैगा जी सलवार का काम यह सलवार बनाई हुई है जी बिना विदाउट गोड्या तो उड्डा ही फलावर बांह बनूंगा जी उड्डा ही फलावर बनूंगा गोड्या देखो जी ये अपने रखे जी वेलवेट का ही सॉल ये भी वर्क वाला सॉल है देखो इस तरह का सारे सॉल के बूटियां मिल लगियां इस तरह सारे ये चीज़ तो इन्ना इन्ना वर्क मिलेगा तो इधर सुनू इस तरह पट्टी ला के जोड़ा वर्क तैयार किया हुआ वर्क न तैयार की हुई है देखो जी इधर वाला वर्क हैगा चार चार उंगलों के देखो पूरा वधिया खुला डुला 2.5 मीटर का सूनू सॉल है जोड़ा मिलेगा देखो ये वेलवेट के नाल रखे आपने जो तुमने दुपट्टे करवाना जी वेलवेट का सूट तो तुम दुपट्टे भी करवा सकते हो बाकी थोड़ी मर्जी है बाकी थोड़ी मर्जी है जो भी तुसी कलर कॉम्बीनेशन जो तुसी कंट्रास्ट करना वह भी कर सकते हो जो तुसी ने नाल दा सेम कलर करवाना जिमें किया फिर तो उमें भी करवा सकते हो देखो इन्हां दे विचों सूट पसंद है अपना स्क्रीन के उपर नंबर चलता मैसेज स्क्रीनशॉट लैके मैसेज कर सकते हो मैनू पूरी उम्मीद है मेरे रंग डिजाइन तुहानू पसंद आए होणगे अज वाली वीडियो का एंड इत्थे मिलदे आ अगली वीडियो दे नाल तद तक दे लई सत श्री अकाल जी।